आ जाओ जी, अज आप ओपरी तो मैं फस्ट टाइम आया ना मेरे शहर के मलोह कोल आ मेरे शहर तो, बट मैं फस्ट टाइम आया, देखते अंदर फूड कि एम्बियंस कि आ जाओ। ज़्यादा गर्मी सी, थैंक गॉड अंदर एसी चल रहा है तो भुख बहुत लगी आ। आप पहला करते हैं ऑर्डर, बाकी गल्ला सारिया बाद। एक फिर स्प्रिंग रोल तो एक वेज मंचूरियन ग्रेवी। लो जी फूड आ गया, तो देखने से तो बहुत ज़्यादा जम्मी लग रहा, बट हम थोड़ा खा के टेस्ट करके दसते हैं कि एक्चुअल जिन्ना देखने जम्मी लग रहा उन्ना एक्चुअल है कि नहीं है। डिलीशियस लग रहा है उन्ना ही खाने भी आ। चलो बाकी गल हम बाद करते हैं, खा के भुख बहुत लगी हुई है। साढ़े स्नैक्स फिनिश हो गए, तो असी हूँ लंच ऑर्डर करके आए अंदर, तो मीन टाइम के बाहर आए हैं तो सोचा ताकि असं तुम दिखा सकी कि इन्होंने बाहर भी बहुत सोहनी सेटिंग की हुई है। तो आप चलो चलते चलते दिखाना थोड़ा मेरा ना, जिमें गार्डन दिखाया हुआ बच्चों के खेडन लिए भी वधिया हुआ। हर एक बैठने को कितना सोहनी चीज बनाई है, सर्दियां दे विच आने कई बार अंदर सीटिंग बैठन नहीं दिल करता है, आप बाहर बैठ सकते हैं। वधिया तरीके नाल चेयर्स अरेंज कीतियां हुई ने इन्होंने, ते इक इन्होंने गार्डन ते ओह गार्डन दे विच वी इन्होंने ओह कीता होया यार, जाओ तुम दिखाने आ। आ चीज देखो बड़ी सोहनी है, जिवें जवाक होंगे ने बच्चे आते हैं किसी ना फैमिली ना आते हैं, बच्चों के लिए भी वधिया प्रिपरेशन की हुई ने, झूले लाए हुए हैं, तो गार्डन देखो कितना सोहना, पहाड़ी पहाड़ बनाया हुआ भाई गार्डन का, वो देखो छोटा जहा पहाड़ भी है, जो किसी ने शिमले के नज़ारे लेने हो ना इतने वो भी हूँ तो बहुत मज़ा आ रहा इतने आ गया, सही है यार, नाले खाण पीन हो गया,
ਤੇ ਨਾਲੇ ਇੱਕ ਤਾਂ ਫੋਟੋ ਸ਼ੂਟ ਹੋ ਗਿਆ ਹਨਾ, ਤੇ ਮੈਂ ਇੱਥੇ ਫੋਟੋ ਜ਼ਰੂਰ ਖਿਚਾ ਕੇ ਜਾਣੀ ਹੈ, ਕਿ ਇੱਥੇ ਹੋਊਗੀ ਇੱਕ, ਉੱਥੇ ਅਤੇ ਇੱਕ ਆ ਝੂਲੇ 'ਤੇ ਫੋਟੋ ਖਿਚਾ ਕੇ ਜਾਊਂਗਾ, ਅਤੇ ਇੱਕ ਸਲੋ ਮੋਸ਼ਨ ਵੀਡੀਓ ਵੀ ਬਣੂਗੀ। ਵਧੀਆ ਸੀਟਿੰਗ ਬਣਾਈ ਹੋਈ ਆ ਨਾ ਬਾਈ ਉਹਨਾਂ ਨੇ, ਅੱਜ ਤਾਂ ਚਲੋ ਗਰਮੀ ਆ, ਫਿਰ ਵੀ ਚਲੋ ਤੁਹਾਡੇ ਕਰਕੇ ਦੇਖ ਲਓ ਕਿੰਨੀ ਮਿਹਨਤ ਕਰਦੇ ਹਾਂ। ਸਪੋਰਟ ਕਰ ਦਿਉ, ਸਬਸਕ੍ਰਾਈਬ ਕਰ ਲਓ, ਅਤੇ ਤੁਹਾਨੂੰ ਦਿਖਾਉਂਦੇ ਹਾਂ ਝੂਲੇ ਬਣੇ ਹੋਏ ਨੇ ਕਿ ਬੱਚਿਆਂ ਲਈ। ਮੈਨੂੰ ਤਾਂ ਲੱਗਦਾ ਸੀਗਾ ਕਿ ਬੱਚਿਆਂ ਲਈ ਆ, ਬਟ ਬਾਈ ਨੂੰ ਪੁੱਛਿਆ ਸੀਗਾ, ਉਹ ਕਹਿੰਦਾ ਕਿ ਤੁਸੀਂ ਵੀ ਬਾਈ ਲੈ ਸਕਦੇ ਹੋ। ਆਪਾਂ ਚੈੱਕ ਕਰਦੇ ਹਾਂ ਕਿ ਇਹ ਮੇਰੇ ਬੈਠਣ ਲਈ ਹੈ, ਕਿਉਂਕਿ ਇੱਕ ਕੁਇੰਟਲ ਦਾ ਬੰਦਾ ਬੈਠੂਗਾ, ਫਿਰ ਜੇ ਦੇਖਦੇ ਹਾਂ ਆਪਾਂ ਕੀ ਬਣਦਾ। ਆ ਜਾਓ ਯਾਰ, ਨੀਵਾਂ ਬਹੁਤ ਹੈ, ਗਿਰਨਾ ਜਾਵਾਂ ਕਿਤੇ, ਵਲੌਗ ਬਣਦੇ ਬਣਦੇ ਟਰੋਲ ਬਣ ਜਾਵੇ। ਵੈਰੀ ਗੁੱਡ, ਠੀਕ ਹੈ, ਬਟ ਮੈਨੂੰ ਡਰ ਲੱਗਿਆ ਕਿ ਮੈਂ ਗਿਰਨਾ ਜਾਵਾਂ ਕਿਤੇ। ਆਪਣਾ ਲੰਚ ਆ ਗਿਆ, ਅਤੇ ਹੁਣ ਆਪਾਂ ਲੰਚ ਟਰਾਈ ਕਰਦੇ ਹਾਂ ਕਿ ਹੋਪ ਕਿ ਸਨੈਕਸ ਦੇਵਾਂ, ਲੰਚ ਵੀ ਇਹਨਾਂ ਦਾ ਡਿਲੀਸ਼ੀਅਸ ਹੋਊਗਾ, ਅਤੇ ਹੁਣ ਆਪਾਂ ਖਾਂਦੇ ਹਾਂ ਅਤੇ ਫਿਰ ਤੁਹਾਨੂੰ ਦੱਸਦੇ ਹਾਂ ਕਿ ਕਿੱਦਾਂ ਸੀ। ਅਤੇ ਲੰਚ ਕਰ ਲਿਆ, ਹੁਣ ਢਿੱਡ ਜ਼ਿਆਦਾ ਹੈਵੀ ਹੋ ਗਿਆ ਹੈ ਨਾ, ਅਤੇ ਪਹਿਲਾਂ ਤਾਂ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰੋ, ਜੁੜੇ ਰਹੋ, ਤੁਹਾਨੂੰ ਹਰ ਵੀਕ ਇੱਕ ਵੀਡੀਓ ਨਵੀਂ ਦਿਆ ਕਰਾਂਗੇ। ਅਤੇ ਕਮੈਂਟ ਦੇ ਵਿੱਚ ਦੱਸੋ ਕਿ ਅਗਲੀ ਲੋਕੇਸ਼ਨ ਤੁਹਾਨੂੰ ਕਿਹੜੀ ਚਾਹੀਦੀ ਹੈ ਅਤੇ ਕਿਸ ਤਰੀਕੇ ਦੀ ਤੁਹਾਨੂੰ ਵੀਡੀਓ ਚਾਹੀਦੀ ਆ। ਬਾਕੀ ਜੇ ਤੁਹਾਨੂੰ ਕੋਈ ਇਸ ਵੀਡੀਓ ਦੇ ਵਿੱਚ ਕੋਈ ਕਮੀ ਪੇਸ਼ੀ ਲੱਗੀ ਉਹ ਵੀ ਕਮੈਂਟ ਕਰਕੇ ਦੱਸੋਗੇ ਕਿ ਤੁਹਾਡੀਆਂ ਕਮੀਆਂ ਦੂਰ ਕਰਾਂਗੇ, ਕਿਉਂਕਿ ਕਈ ਵਾਰ ਆਪਾਂ ਆਪਣੀ ਵੀਡੀਓ ਦੇਖਦੇ ਹਾਂ ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਹਾਂ ਵੀ ਇਹ ਕਮੀ ਆ ਇਹ ਕਮੀ ਆ, ਬਟ ਤੁਸੀਂ ਕਮੈਂਟ ਕਰਕੇ ਦੱਸੋਗੇ ਤਾਂ ਅਸੀਂ ਉਹ ਚੀਜ਼ ਨੂੰ ਇੰਪਰੂਵ ਕਰਾਂਗੇ। ਨੈਕਸਟ ਟਾਈਮ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਇੱਕ ਨਵੀਂ ਜਗ੍ਹਾ ਅਤੇ ਨਵਾਂ ਆਈਡੀਆ। ਸੋ ਤੁਸੀਂ ਇਹ ਵੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਨੈਕਸਟ ਵਲੌਗ ਕਿਸ ਚੀਜ਼ ਦੇ ਉੱਤੇ ਚਾਹੀਦਾ, ਯਾਨੀ ਕਿ ਧੰਨਵਾਦ ਪੂਰੀ ਵੀਡੀਓ ਦੇਖਣ ਲਈ, ਜਿੰਨੇ ਵੀ ਵਿਊਅਰਸ ਮੇਰੀ ਵੀ ਵੀਡੀਓ ਦੇਖ ਰਹੇ ਨੇ, ਅਤੇ ਜਿੰਨੇ ਨਹੀਂ ਦੇਖਦੇ ਉਹ ਛੇਤੀ ਛੇਤੀ ਦੇਖ ਲਓ, ਕਿਉਂਕਿ ਬਹੁਤ ਵਧੀਆ ਲੋਕੇਸ਼ਨ ਆ, ਬਹੁਤ ਟੇਸਟੀ ਅਤੇ ਡਿਲੀਸ਼ੀਅਸ ਫੂਡ ਆ ਇੱਥੇ ਦਾ। ਅਤੇ ਜਿੰਨੇ ਨਹੀਂ ਜੁੜੇ ਉਹ ਸਬਸਕ੍ਰਾਈਬ ਕਰ ਲਓ, ਅਤੇ ਇੱਥੇ ਆਪਾਂ ਆਪਣਾ ਹੁਣ ਵਲੌਗ ਖਤਮ ਕਰਦੇ ਹਾਂ, ਜੁੜੇ ਰਹੋ, ਧੰਨਵਾਦ।